ਤੁਸੀਂ ਦੋ ਲੰਬੇ ਪੱਤਿਆਂ ਜਾਂ ਦੋ ਪੋਲੇ ਪੌਡਸ ਨੂੰ ਵਰਤ ਕੇ ਬਹੁਤ ਵਧੀਆ ਕਲੈਪਰ ਬਣਾ ਸਕਦੇ ਹੋ। ਦੋ ਪੋਲੇ ਹਰੇ ਪੌਡ ਲਓ ਅਤੇ ਇੱਕ ਦੂਜੇ ਉੱਪਰ ਰੱਖ ਦਿਓ। ਕਿਨਾਰਿਆਂ ਨੂੰ ਫੜ ਕੇ ਰੱਖੋ, ਫਿਰ ਤੇਜ਼ੀ ਨਾਲ ਅੰਦਰ ਅਤੇ ਬਾਹਰ ਨੂੰ ਧੱਕੋ। ਇਸ ਨਾਲ ਬਹੁਤ ਵਧੀਆ ਤਾੜੀਆਂ ਦੀ ਆਵਾਜ਼ ਆਵੇਗੀ। ਇਸ ਸਾਦੇ ਅਤੇ ਬਿਨਾਂ ਖਰਚੇ ਵਾਲੇ ਖਿਡੌਣੇ ਨੂੰ ਬਣਾਉਣ ਲਈ ਕੋਈ ਖਾਸ ਸਮਾਨ ਵੀ ਨਹੀਂ ਚਾਹੀਦਾ।